ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰੇਕ ਦੇ ਪਿੰਡ ਦਾ ਆਪਣਾ ਆਪਣਾ ਕਲਚਰ ਹੁੰਦਾ ਵਾ। ਕਿਸੇ ਪਿੰਡ ਦੇ ਵਿੱਚ ਕੋਈ ਚੀਜ਼ ਵੱਧ ਕੀਤੀ ਜਾਂਦੀ ਹੈ, ਜਿਵੇਂ ਮੈਨੂੰ ਪਤਾ ਵਾ ਕਈ ਪਿੰਡਾਂ ਦੇ ਵਿੱਚ ਫੁੱਟਬਾਲ ਦਾ ਬਹੁਤ ਕਰੇਜ਼ ਆ, ਉੱਥੇ ਟੂਰਨਾਮੈਂਟ ਹੁੰਦੇ ਨੇ, ਫੁੱਟਬਾਲ ਦੀਆਂ ਅਕੈਡਮੀਜ਼ ਨੇ, ਇਸੇ ਤਰ੍ਹਾਂ ਹਾਕੀ ਆ, ਇਸੇ ਤਰ੍ਹਾਂ ਵਾਲੀਬਾਲ ਆ, ਸੋ ਕਿਤੇ ਕ੍ਰਿਕਟ ਜ਼ਿਆਦਾ ਖੇਡੀ ਜਾਂਦੀ ਆ। ਸਾਡੇ ਪਿੰਡ ਦੇ ਵਿੱਚ ਸ਼ੁਰੂ ਤੋਂ ਹੀ ਗੇਮਾਂ ਦਾ ਪ੍ਰਭਾਵ ਕਹਿ ਲਓ ਵੀ ਇੰਨਾ ਜ਼ਿਆਦਾ ਨਹੀਂ ਰਿਹਾ, ਐਂ ਨਹੀਂ ਹੈਗਾ ਵੀ ਟੂਰਨਾਮੈਂਟ ਨਹੀਂ ਹੋਏ ਹੈਗੇ, ਟਾਈਮ ਟੂ ਟਾਈਮ ਥੋੜ੍ਹੇ ਬਹੁਤੇ ਟੂਰਨਾਮੈਂਟ ਹੁੰਦੇ ਰਹੇ ਨੇ, ਅਸੀਂ ਵੀ ਕਰਾਉਂਦੇ ਰਹੇ ਹਾਂ ਕ੍ਰਿਕਟ ਦੇ, ਪਰ ਛੋਟੇ ਲੈਵਲ ਦੇ ਟੂਰਨਾਮੈਂਟ ਹੁੰਦੇ ਸੀਗੇ। ਪਰ ਪਿਛਲੇ ਕੁਝ ਸਾਲ ਪਹਿਲਾਂ ਇੱਕ ਕਬੱਡੀ ਦਾ ਟੂਰਨਾਮੈਂਟ ਹੋਇਆ ਸੀਗਾ, ਉਰੇ ਘੋੜੀਆਂ ਭਜਾਈਆਂ ਗਈਆਂ ਸੀ, ਅਤੇ ਇਸ ਸਾਲ ਵੀ ਇਹ ਚੀਜ਼ਾਂ ਦੁਬਾਰਾ ਹੋ ਰਹੀਆਂ ਨੇ। ਆ ਪਿੱਛੇ ਜੇ ਕਬੱਡੀ ਦਾ ਇੱਕ ਸਾਡੇ ਪਿੰਡ ਹੁਣ ਟੂਰਨਾਮੈਂਟ ਕਰਾਇਆ ਗਿਆ ਸੀਗਾ, ਅਤੇ ਵਧੀਆ ਟੂਰਨਾਮੈਂਟ ਸੀਗਾ। ਹਾਲਾਂਕਿ ਮੈਂ ਤਾਂ ਉਦੋਂ ਕੈਨੇਡਾ ਦੇ ਵਿੱਚ ਸੀਗਾ ਅਤੇ ਡੈਡੀ ਹੋਣੇ ਉੱਧਰ ਗਏ ਸੀ, ਡੈਡੀ ਹਜ਼ੂਰ ਸਾਹਿਬ ਗਏ ਸੀ ਤੁਸੀਂ, ਸੋ ਸਾਤੋਂ ਕਵਰ ਨਹੀਂ ਹੋਇਆ ਹੈਗਾ। ਪਰ ਹੁਣ ਇਸ ਵਾਰੀ ਕੋਸ਼ਿਸ਼ ਕਰਨੀ ਆ ਅਸੀਂ ਵੀ, ਹੁਣ ਸਾਡੇ ਪਿੰਡ ਦੇ ਵਿੱਚ ਇੱਕ ਹੋਰ ਟੂਰਨਾਮੈਂਟ ਹੋ ਰਿਹਾ ਵਾ ਘੋੜੀਆਂ ਦਾ, ਉਹ ਤੁਹਾਨੂੰ ਦੱਸਦੇ ਹਾਂ। ਪਿੰਡ ਵਾਲਿਆਂ ਨੇ ਸੱਦਾ ਪੱਤਰ ਦਿੱਤਾ ਸੀਗਾ, ਮੈਂ ਕਿਹਾ ਚਲੋ ਵੀਡੀਓ ਬਣਾ ਕੇ ਦੱਸ ਦਈਏ ਤੁਹਾਨੂੰ ਵੀ ਕਦੋਂ ਟੂਰਨਾਮੈਂਟ ਸ਼ੁਰੂ ਹੋਣਾ ਵਾ, ਕੀ ਹਿਸਾਬ ਕਿਤਾਬ ਆ, ਅਤੇ ਡਿਟੇਲ ਤੁਹਾਨੂੰ ਸਾਰੀ ਦੱਸ ਦਿਆਂ ਆਪਾਂ ਅੱਗੇ ਵੀਡੀਓ ਦੇ ਵਿੱਚ। ਆਹ ਜਿਹੜੇ ਟੂਰਨਾਮੈਂਟ ਦੀ ਆਪਾਂ ਗੱਲ ਕਰਦੇ ਸੀਗੇ ਜੀ, 12 ਮਾਰਚ ਨੂੰ ਹੋਇਆ ਸੀਗਾ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਸੀਗੇ, ਪਹਿਲਾ ਨਾਮ 1,00,000 ਰੁਪਇਆ ਸੀਗਾ, ਦੂਜਾ ਨਾਮ 75,000, ਅਤੇ ਮਤਲਬ ਇਹ ਹੋ ਚੁੱਕਿਆ ਵਾ। ਹੁਣ ਆਪਾਂ ਤੁਹਾਨੂੰ ਨਵਾਂ ਦਿਖਾਉਂਦੇ ਹਾਂ ਜਿਹੜਾ ਨਵਾਂ ਟੂਰਨਾਮੈਂਟ ਹੋਣ ਜਾ ਰਿਹਾ ਵਾ। ਡੈਡੀ ਉੱਧਰ ਜੀਪ 'ਚ ਬਹਿ ਕੇ ਆ ਰਹੇ ਨੇ, ਉਰੇ ਖੜ੍ਹੇ ਸੀ ਡੈਡੀ, ਹੁਣ ਵੀਰਾ ਜਿਹੜਾ ਆਇਆ ਡੈਡੀ ਕਹਿੰਦੇ ਮੈਨੂੰ ਇੱਧਰ ਗੇੜਾ ਦਵਾ ਕੇ ਲਿਆ, ਅਤੇ ਕਿਉਂ ਹੁਣ ਹਨੇਰਾ ਹੋ ਗਿਆ। ਵੈਸੇ ਸਾਨੂੰ ਪਹਿਲਾਂ ਨਿਕਲਣਾ ਚਾਹੀਦਾ ਸੀਗਾ ਵੀਡੀਓ ਬਣਾਉਣ, ਪਰ ਮੈਂ ਕਿਹਾ ਚਲੋ ਹੁਣੇ ਬਣਾ ਲੈਂਦੇ ਹਾਂ ਇੱਥੇ ਚੜਾਈ। ਉਹ ਠੀਕ ਆ ਠੀਕ ਆ ਠੀਕ ਆ ਠੀਕ ਆ ਵੀਰੇ, ਕਾਫੀ ਗੱਲਾਂ ਮੈਨੂੰ ਪੋਸਟਰ ਤੋਂ ਸਮਝ ਨਹੀਂ ਆਈਆਂ, ਜਿਵੇਂ ਰੇਬੀਆ ਮਤਲਬ ਕੀ ਆ? ਰੇਬੀਆ ਵੀਰੇ ਇੱਕ ਤਾਂ ਚਾਲ ਦੇ ਵਿੱਚ ਜਿਹੜੀਆਂ ਘੋੜੀਆਂ ਤੁਰਦੀਆਂ ਨੇ ਤੇ ਉੱਤੇ ਸਵਾਰ ਨੂੰ ਝੂਟੇ ਪਾਉਂਦਾ, ਉਹਨੂੰ ਆਪਾਂ ਰੇਬੀਆ ਕਹਿੰਦੇ ਆ। ਇੱਕ ਹੁੰਦੀ ਆ ਦੜੂਕੀ ਮਾਰ ਕੇ ਭੱਜਣਾ, ਉਹਨੂੰ ਆਪਾਂ ਸਪਾਟਾ ਕਹਿੰਦੇ ਆ ਜੀ। ਉਹ ਠੀਕ, ਉਹ ਵੀ ਹੈਗਾ ਵਾ ਆਪਣਾ? ਹਾਂਜੀ ਹਾਂਜੀ ਹਾਂਜੀ, ਉਹ ਵੀ ਸਪਾਟਾ ਵੀ ਨੇ ਰੇਬੀਆ। ਰੇਬੀਆ ਦੇ ਵਿੱਚ ਜਿਵੇਂ ਆਪਣਾ ਉਹ ਘੋੜੀ ਆਉਂਦੀ ਆ ਫੈਰੋ ਆ, ਆਪਾਂ ਰੇਬੀਆ ਤੋਰ ਸਕਦੇ ਆ। ਸਪਾਟਾ ਦੇ ਵਿੱਚ ਆਪਾਂ ਪਿਓਰ ਦੇਸੀ ਭੱਜਣਗੀਆਂ ਜੀ, ਜਿਹਨਾਂ ਨੂੰ ਆਪਾਂ ਮਾਰਵਾੜੀ ਕਹਿ ਦਿੰਦੇ ਆ ਨਾ, ਕੰਨ ਜੁੜਦੇ ਉਹ ਘੋੜੀਆਂ ਭੱਜਣਗੀਆਂ। ਜਿਹੜੀ ਮਾਰਵਾੜੀ ਆ, ਮਾਰਵਾੜੀ ਜ਼ਿਆਦਾ ਆਪਣੇ ਜੰਗਾਂ ਯੁੱਧਾਂ ਦੇ ਵਿੱਚ ਵਰਤੀ ਗਈ ਆ। ਇਹ ਤੁਸੀਂ ਨਾ ਇੱਕ ਵੀਡੀਓ ਕੱਢ ਕੇ ਦੇਖਿਓ, ਜਦ ਆਪਣੇ ਦਿੱਲੀ ਆਪਾਂ ਗਏ ਹਾਂ ਧਰਨੇ ਦੇ ਉੱਤੇ, ਹਾਂਜੀ ਸਿੰਘ ਗਏ ਨੇ ਆਪਣਾ ਲਾਲ ਕਿਲੇ ਦੇ ਨੂੰ, ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਜਿਹੜੀ ਇਹ ਮਾਰਵਾੜੀ ਘੋੜੀ ਸੀਗੀ ਉਹ ਆਪਣੇ ਸਵਾਰ ਨੂੰ ਕਿਵੇਂ ਬਚਾ ਰਹੀ ਸੀ। ਇਹਦੀ ਗਰਦਨ ਸਿੱਧੀ ਰਹਿੰਦੀ ਹੈ, ਸਵਾਰ ਨੂੰ ਬਹੁਤ ਬਚਾਉਂਦੀ ਹੈ। ਜਿਹੜੀ ਫੈਰੋ ਆ ਇਹ ਜ਼ਿਆਦਾਤਰ ਨੀਵੀਂ ਪਾ ਲੈਂਦੀ ਆ, ਅਤੇ ਇਹ ਕਿਹੜੀ ਆ ਰਹੀ ਆ? ਇਹ ਫੈਰੋ ਆ ਜੀ। ਅੱਛਾ, ਜਿਹੜੀ ਨੀਵੀਂ ਪਾਉਂਦੀ ਆ? ਹਾਂਜੀ ਹਾਂਜੀ, ਇਹ ਫੈਰੋ ਆ ਜੀ। ਅੱਛਾ ਅੱਛਾ, ਉੱਥੇ ਮੋੜ ਟਰਨਿੰਗ ਪੈਂਦੀ ਆ ਪਿੱਪਲ ਆ, ਪਿੱਪਲ ਵਾਲੇ ਰਾਹ ਕੱਚਾ ਰਾਹ। ਹਾਂਜੀ ਹਾਂਜੀ, ਉਹ ਰਾਹ ਬਣਾ ਤਾ ਆਪਾਂ ਬਹੁਤ ਵਧੀਆ ਘੋੜੀਆਂ ਨੂੰ। ਆਪਣੀ ਕੋਈ 7-7.5 ਕਿੱਲੇ ਦੀ ਬਾਟ ਹੋਊਗੀ ਬੇਟਾ। ਬਹੁਤ ਵਧੀਆ ਸ਼ਾਨਦਾਰ ਘੋੜੀ ਆ ਇਹ ਆਪਣੇ ਅੰਕਲ ਦੀ। ਓਕੇ, ਆਪਣੇ ਪਿੰਡ ਵਾਲਿਆਂ ਦੀ ਮੁੰਡਾ ਤੇਰੇ ਨਾਲ ਪੜ੍ਹਦਾ ਸੀਗਾ? ਉਹ ਠੀਕ ਆ ਜੀ। ਬੰਦੇ ਦੇਖੇ ਨੀ ਆਏ ਕਿਵੇਂ? ਹਾਂਜੀ, ਅਸਲੀ ਇਨਫੋਰਮੇਸ਼ਨ ਦੇਣ ਵਾਲਾ ਬੰਦਾ ਤਾਂ ਹੋਣਾ ਆ। ਤੈਨੂੰ ਕੋਈ ਘੋੜੀ ਭਜਾਉਣੀ ਕੱਲ ਨੂੰ? ਉਹ ਠੀਕ ਆ ਵੀਰੇ, ਆਪਣਾ ਬਹੁਤ ਦੂਰ ਤੱਕ ਜਿਵੇਂ ਪੋਸਟਰ ਸ਼ੇਅਰ ਹੋਇਆ ਉਹ ਠੀਕ ਆ। ਜਸਵੀਰ ਨੇ ਵੀ ਕੀਤਾ, ਇਲੀਵੀਰ ਨੇ ਵੀ ਕਰਿਆ, ਤੇ ਆਪਣਾ ਸ਼ੌਂਕੀ ਸਰਦਾਰ ਜਿਵੇਂ ਤੁਸੀਂ ਹੁਣ ਤੁਹਾਡੀ ਨਾਲ ਵੀ ਬਹੁਤ ਦੂਰ ਤੱਕ ਚਲੇ ਜਾਣਾ। ਨਹੀਂ ਵਧੀਆ, ਤੇ ਸਾਰਿਆਂ ਨੂੰ ਇਹੀ ਅਪੀਲ ਆ, ਬੇਨਤੀ ਆ ਵੀ ਵੱਧ ਤੋਂ ਵੱਧ ਆਓ। ਆਪਾਂ ਵਧੀਆ ਨਾਮ ਰੱਖੇ ਨੇ ਜੀ, 35 ਘੋੜੀਆਂ ਨਾਮ ਆਪਣੇ। ਉਹ ਠੀਕ ਆ ਵੀਰੇ। ਹਾਂਜੀ ਹਾਂਜੀ ਹਾਂਜੀ, ਆਹ ਜੀ ਸਾਡੇ ਨਵੇਂ ਟੂਰਨਾਮੈਂਟ ਦਾ ਆਹ ਪੋਸਟਰ ਤਿਆਰ ਕੀਤਾ ਵਾ। ਇਹਦੇ ਵਿੱਚ ਕੁਛ ਨਿੱਕੀਆਂ ਮੋਟੀਆਂ ਗਲਤੀਆਂ ਹੋਈਆਂ ਨੇ ਜੀ। ਟੂਰਨਾਮੈਂਟ ਦੀ ਡੇਟ ਹੈਗੀ ਆ 3 ਅਪ੍ਰੈਲ ਆਪਣਾ, ਮਤਲਬ ਕਿ ਕੱਲ੍ਹ ਨੂੰ ਤੁਸੀਂ ਆ ਸਕਦੇ ਹੋ ਜੈਸਾ ਆਪਣਾ ਵੀਡੀਓ ਦੇਖੋਗੇ। ਹਾਂ ਮਤਲਬ ਵੀਡੀਓ ਕੱਲ੍ਹ ਨੂੰ ਜਾਣੀ ਆ ਨਾ, ਸੋ ਕੱਲ੍ਹ ਨੂੰ ਤੁਸੀਂ ਆ ਸਕਦੇ ਹੋ।
ਪਿੰਡ ਬੇਗੋਵਾਲ ਕਈ ਬੇਗੋਵਾਲ ਨੇ ਇਹ ਦਰਾਏ ਵਾਲਾ ਬੇਗੋਵਾਲ ਆ ਜੀ ਤੇ ਵੀਰੇ ਆਹ ਸ਼ਰਤਾਂ ਬਾਰੇ ਦੱਸ ਦਿਓ ਮਾੜਾ ਜਿਹਾ ਜਿਵੇਂ ਉਰੇ ਤੁਸੀਂ ਐਂਟਰੀ ਫੀਸ 500 ਰੁਪਏ ਦੇਖ ਰਹੇ ਹੋ ਇਹ 100 ਰੁਪਏ ਆ ਇਹ ਗਲਤ ਛਪਿਆ ਹੋਇਆ ਵਾ ਤੇ ਉਸ ਤੋਂ ਬਾਅਦ ਡੰਡੇ ਦੀ ਵਰਤੋਂ ਨਹੀਂ ਕਰਨੀ ਰੇਬੀਆ ਜਾਣ ਆਉਣ ਹੋਵੇਗਾ ਸਪਾਟਾ ਪਿਓਰ ਦੇਸੀ ਭੱਜਣਗੀਆਂ 11 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਵੇਗੀ ਤੇ ਕਮੇਟੀ ਦਾ ਫੈਸਲਾ ਅਟਲ ਹੋਵੇਗਾ ਵੱਲੋਂ ਨਗਰ ਪੰਚਾਇਤ ਐਨਆਰਆਈ ਵੀਰ ਤੇ ਸਮੂਹ ਨਗਰ ਨਿਵਾਸੀ ਪਿੰਡ ਬੇਗੋਵਾਲ ਹੋਰ ਵੀ ਆਹ ਸੈਂਟਰ ਦੇ ਵਿੱਚ ਕੀ ਲਿਖਿਆ ਹੋਇਆ ਇਹ ਸੀਗਾ ਜੀ ਵੀਰੇ ਪਹਿਲਾਂ ਇਹ ਆਪਣਾ ਜਿਵੇਂ ਫਸਟ ਤੁਹਾਨੂੰ ਪਤਾ ਆਪਾਂ ਖੇਡ ਕਰਵਾ ਰਹੇ ਹਾਂ ਪਹਿਲੀ ਵਾਰ ਖੇਡ ਕਰਵਾ ਰਹੇ ਹਾਂ ਇਹਦੇ ਵਿੱਚ ਨਾ ਬਹੁਤ ਚੀਜ਼ਾਂ ਸੀ ਜਿਹੜੀਆਂ ਸਾਨੂੰ ਲੋਕਾਂ ਨੇ ਵੀ ਦੱਸੀਆਂ ਵੀ ਆਹ ਚੀਜ਼ਾਂ ਤੁਸੀਂ ਬਦਲਾ ਕਰੋ ਜਿਵੇਂ ਆਪਾਂ 6 ਕੱਪ ਰੱਖੇ ਸੀਗੇ ਪਹਿਲਾਂ 3-3 ਘੋੜੀਆਂ ਨੂੰ ਵੱਡੇ ਕੱਪ ਰੱਖੇ ਸੀਗੇ ਜਿਹੜੇ ਕੱਪ ਵੀ ਜਾਨੀ 4-4 ਫੁੱਟ ਦੇ ਆਪਾਂ ਬਣਵਾਏ ਆ ਉਹ ਠੀਕ ਉਹ ਆਪਾਂ 10 ਕੱਪ ਕਰਤੇ ਜੀ ਓਕੇ ਉਹ ਵੀ ਸਾਰੀਆਂ ਘੋੜੀਆਂ ਨੂੰ ਆਪਾਂ 10 ਤੱਕ ਆਪਾਂ ਨਾ ਇਹ ਦੇਵਾਂਗੇ ਬਾਕੀ ਸੀਗਾ ਇਹਦੇ ਵਿੱਚ 20 ਘੋੜੀਆਂ ਨੂੰ ਨਾਮ ਰੱਖਿਆ ਸੀਗਾ ਅਸੀਂ ਇਹ ਅਸੀਂ 35 ਘੋੜੀਆਂ ਨੂੰ ਕਰਤਾ ਜੀ ਓਕੇ ਠੀਕ ਮਗਲੀਆਂ ਨੂੰ ਵੀ ਸਾਰੀਆਂ ਨੂੰ ਕਰਤਾ ਤੇ ਹਾਂ ਮੌਕੇ ਤੇ ਅਸੀਂ ਹੋਰ ਵਧਾ ਸਕਦੇ ਹਾਂ ਇਹ ਤੋਂ ਘਟਾਵਾਂਗੇ ਨਹੀਂ ਠੀਕ ਹੈ ਵੀਰੇ ਠੀਕ ਹੈ ਕਿਉਂ ਪਹਿਲੀ ਕਰਕੇ ਇੱਕ ਘੋੜੇ ਵਾਲੇ ਵੀਰਾਂ ਨੂੰ ਬੇਨਤੀ ਹੈ ਚਾਹੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਨੂੰ ਹੋਰ ਕੀ ਗਾਹਾਂ ਅਗਲੀ ਵਾਰ ਕਰਨਾ ਚਾਹੀਦਾ ਇਹਦੇ ਵਿੱਚ ਕੀ ਤਬਦੀਲੀ ਹੋਰ ਲਿਆਉਣੀ ਚਾਹੀਦੀ ਹੈ ਸਾਨੂੰ ਅਸੀਂ ਉਹ ਲਿਆਵਾਂਗੇ ਇੱਕ ਸਭ ਤੋਂ ਵੱਡੀ ਗੱਲ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸ਼ਹੀਦ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਹਾਂ ਇਹ ਵੱਡੀ ਗੱਲ ਆ ਅਸੀਂ ਜਿਹੜੀ ਇਹ ਖੇਡ ਕਰਵਾ ਰਹੇ ਹਾਂ ਜਿਵੇਂ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸਿੱਟ ਕੇ ਦੱਸਿਆ ਸੀਗਾ ਉਹਨਾਂ ਦੇ ਕੰਨ ਖੋਲ੍ਹੇ ਸੀ ਇਹ ਖੇਡ ਅਸੀਂ ਅਸੈਂਬਲੀ 'ਚ ਬੰਬ ਸਿੱਟਣ ਵਾਲੀ ਗੱਲ ਆ ਜੀ ਸਾਡੇ ਪਿੰਡ ਦੇ 8 ਬੰਦੇ ਸ਼ਹੀਦ ਨੇ 4 ਬੰਦੇ ਆਪਣੇ ਪਿੰਡ ਦੇ ਸੁਤੰਤਰਤਾ ਸੰਗਰਾਮੀ ਨੇ ਸਾਡੇ ਪਿੰਡ 'ਚੋਂ 12 ਜਣੇ ਇਹੋ ਜਿਹੇ ਯੋਧੇ ਹੋਏ ਨੇ ਵੀ ਜਿਨ੍ਹਾਂ ਦਾ ਇੱਕ ਵੱਡਾ ਰੋਲ ਰਿਹਾ ਦੇਸ਼ ਦੇ ਆਜ਼ਾਦ ਕਰਾਉਣ ਦੇ ਵਿੱਚ ਅਤੇ ਅਸੀਂ ਇਹਨਾਂ ਨੂੰ ਵੀ ਆਪਣਾ ਭਗਵੰਤ ਮਾਨ ਜੀ ਨੂੰ ਵੀ ਅਪੀਲ ਕਰਦੇ ਹਾਂ ਨਵੇਂ ਬਣੇ ਮੁੱਖ ਮੰਤਰੀ ਸਾਡੇ ਪਿੰਡ ਵੱਲ ਨੂੰ ਨਿਗਾਹ ਮਾਰੋ ਬਈ ਐਡੀ ਸਾਡੇ ਪਿੰਡ ਦੀ ਕੁਰਬਾਨੀ ਆ ਤੇ ਬਾਈ ਜੀ ਨੇ ਸਾਡੇ ਪਿੰਡ ਦਾ ਸਰਵਿਸ ਬਹੁਤ ਕੀਤੀ ਹੈ ਬਾਈ ਜੀ ਨੇ ਕਾਰਗਿਲ ਤੱਕ ਰਹਿ ਕੇ ਆਏ ਨੇ ਜਿਵੇਂ ਬਾਬਾ ਜੀ ਕੋਲ ਸਾਨੂੰ ਸਾਰਾ ਪਤਾ ਹੈ ਨਾ ਵੀ ਕਿੱਡੀ ਸਾਡੀ ਫੌਜ ਦੀ ਕੁਰਬਾਨੀ ਆ ਬੜੀ ਗੱਲ ਆ ਸਾਡੇ ਤਾਏ ਦੀ ਕੈਪਟਨ ਦਲੀਪ ਸਿੰਘ 3 ਜੰਗਾਂ ਲੜੀਆਂ ਉਹਨਾਂ ਨੇ ਸਰੀਰ 'ਤੇ ਇੰਨਾ ਲੋਹਾ ਵੜ ਗਏ ਫਿਰ ਵੀ ਪਰਵਾਹ ਨਹੀਂ ਕਰੀ ਹੈ ਨਾ ਸਾਡੇ ਫਾਦਰ ਸਾਹਿਬ ਇਹ ਫੌਜ 'ਚ ਰਹਿ ਕੇ ਆਏ ਨੇ ਅਤੇ ਇਹਨਾਂ ਦੀ ਵੀ ਇੱਕ ਇਹਨਾਂ ਦੀ ਟੀਮ ਦੀ ਬੜੀ ਦੇਣਾ ਸਾਡੇ ਪਿੰਡ ਨੂੰ ਜਿਹੜੀ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸਾਹਮਣੇ ਲਿਆ ਕੇ ਦਿਖਾਉਣਾ ਚਾਹੁੰਦੇ ਹਾਂ ਖਾਸ ਕਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਈ ਉਹਨਾਂ ਨੂੰ ਦੱਸੀਏ ਵੀ ਦੇਖੋ ਸਾਡਾ ਐਡੀ ਕੁਰਬਾਨੀ ਆ ਅਤੇ ਸਾਡਾ ਪਿੰਡ ਦੇ ਵੱਲ ਨਿਗਾਹ ਮਾਰੋ ਜੋ ਵੀ ਸਾਨੂੰ ਵਧੀਆ ਲੋੜ ਹੈਗੀ ਆ ਦੇਖ ਲਓ ਸੜਕਾਂ ਦੇਖ ਲਓ ਲੋੜ ਹੈਗੀ ਆ ਮੇਰੇ ਪੁੱਤ ਤੋਂ ਵੀ ਸੁਣ ਲੈ ਗੱਲ ਇਹ ਕੁਛ ਨਾਰਾਜ਼ ਆ ਮੇਰੇ ਨਾਲ ਉਹ ਪਿੱਛੇ ਲੋਕ ਆ ਬੋਲ ਬੈਠੇ ਨਹੀਂ ਨਹੀਂ ਇਹਦੇ ਵਾਸਤੇ ਵੀ ਦੇਖ ਲਓ ਭਾਈ ਹੁਣ ਗੱਭਰੂ ਹੋ ਗਿਆ ਇਹ ਸਾਡੇ ਆਸਟ੍ਰੇਲੀਅਨ ਭਰਾ ਨੇ ਜੀ ਸਾਰੇ ਮੇਰਾ ਛੋਟਾ ਵੀਰ ਗੁਰਜੀਤ ਅਤੇ ਉਹ ਚਲੋ ਤੁਹਾਨੂੰ ਪਤਾ ਮੇਰੀ ਫੋਟੋ ਆ ਅਤੇ ਆਹ ਵੀਰ ਹੈਰੀ ਮਾਨਵ ਸਰਪੰਚ ਬਾਵਾ ਇਹ ਆਪਣੇ ਬਾਵਾ ਜ਼ਿਆਦਾ ਸਰਪੰਚ ਸਾਹਿਬ ਦੇ ਭਾਜੀ ਨੇ ਗਾਹਾਂ ਪ੍ਰਦੀਪ ਸਿੰਘ ਅਤੇ ਜਾਂਟੀ ਵੀਰ ਇਹ ਸਾਡਾ ਰਿਵਾਜ਼ ਇਹ ਮੇਰਾ ਭਤੀਜਾ ਜੀ ਠੀਕ ਆ ਵੀਰੇ ਇਹਦਾ ਅਤੇ ਇਹ ਇਟਲੀ ਤੋਂ ਨੇ ਹੈਰੀ ਧਾਲੀਵਾਲ ਬੱਬਲ ਜੀ ਤਰਨ ਲੱਕੀ ਅਤੇ ਜੋਤੀ ਠੀਕ ਇਹ ਮੈਨੂੰ ਉੱਥੇ ਆਸਟ੍ਰੇਲੀਆ ਉੱਥੇ ਜਾਂ ਮੈਂ ਹੁਣ ਜਾ ਕੇ ਵਧੀਆ ਉੱਥੇ ਮਿਲੇ ਗਲੇ ਸਾਰਿਆਂ ਨਾਲ ਪ੍ਰੇਮ ਪੈ ਗਿਆ ਅਤੇ ਮੈਂ ਵੀ ਤੁਹਾਡਾ ਪੋਸਟ ਵੀ ਕਰਵਾਵਾਂਗੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਜੋ ਵੀ ਸਾਡੀ ਵੀਡੀਓ ਦੇਖ ਰਹੇ ਨੇ ਅਤੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਘੋੜੀਆਂ ਵਾਲੇ ਵੀਰਾਂ ਨੂੰ ਖਾਸ ਕਰ ਬੇਨਤੀ ਆ ਵੀ 11 ਵਜੇ ਤੱਕ ਤੁਸੀਂ ਜੇ ਪਹੁੰਚ ਜਾਓ ਅਤੇ ਐਂਟਰੀ ਵਧੀਆ ਟਾਈਮ ਸਿਰ ਹੋ ਗਏ ਤਾਂ ਅਸੀਂ ਖੇਡ ਵਧੀਆ ਟਾਈਮ ਸਿਰ ਸ਼ੁਰੂ ਕਰ ਦਾਂਗੇ ਜੀ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੂਗਾ ਦਰਸ਼ਕਾਂ ਵਾਸਤੇ ਵੀ ਘੋੜੇ ਵਾਲਿਆਂ ਵਾਸਤੇ ਵੀ ਅਤੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਆਪ ਪਹੁੰਚੋ ਜੀ ਹੁਮ ਆ ਕੇ ਲੰਗਰ ਸੁਣ ਕੇ ਖੁਸ਼ ਹੋ ਗਿਆ ਲੰਗਰ ਤੇ ਨਾ ਬਹੁਤ ਖੁਸ਼ ਹੁੰਦਾ ਬੇਗੋਵਾਲ ਤੋਂ ਮਦੂਦਾ ਵੱਲ ਨੂੰ ਜਾਂਦੇ ਆ ਇਹ ਸਾਡਾ ਪਹਿਲਾ ਟੂਰਨਾਮੈਂਟ ਆ ਜੀ ਵੱਧ ਚੜ ਕੇ ਸਾਡਾ ਸਹਿਯੋਗ ਕਰਿਓ ਤੇ ਲਾਈਵ ਚੱਲੂਗਾ ਵੀਰ ਉਹਨਾਂ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਅਤੇ ਜਿਹੜਾ ਅਸੀਂ ਨਾਲ ਦੀ ਨਾਲ ਤੁਹਾਨੂੰ ਦੇਵਾਂਗੇ ਆਪਣਾ ਲਿੰਕ ਦੇਵਾਂਗੇ ਜਿੱਥੇ ਚੱਲੂਗਾ ਜਿਹੜੇ ਵੀਰ ਸਾਡੇ ਦੂਰ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ ਦੇਖਾਂਗੇ ਜ਼ਰੂਰ ਦੇਖਾਂ ਅਤੇ ਗਾਹ ਵਾਲੀ ਵਾਰ ਪਰਮਾਤਮਾ ਸੁੱਖ ਰੱਖੇ ਤੋਂ ਵੱਡਾ ਲੱਗੇ ਜਾਇਜ਼ ਦਾ ਨਾਮ ਮੈਂ ਦੱਸਣਾ ਭੁੱਲ ਗਿਆ ਆਪਣਾ 11,000 ਉਹ ਠੀਕ ਆ ਵੀਰੇ ਅਰੇਬੀਆ ਨੂੰ ਵੀ ਓਕੇ 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 ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਬਾਕੀ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਅਤੇ ਬਾਏ ਅਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ